की गल है तुहानू की गल है मजूरी किस तरह हुई है ये जी मेरा सहुरिया ने ना मैनू पारा दिता और मैनू बीमारी कोई नहीं थी मैनू पारा दिता पारे की वजह ने मैं मेरे बड़े को लो गए सहुरिया ने की किया पारा दे दिता पारा अस्सलामुअलैकुम जी। वालेकुम अस्सलाम। की नाम मेरे भाई दा? जाफर अब्बास। जाफर अब्बास? जाफर? जाफर अब्बास। जाफर अब्बास। हां जी। किथो आए जे? मैं 268 चो। अच्छा, तो कितनी उम्र जे अपनी? मैं सन 1965 दी पैदाइश है मेरी। अच्छा। ते मैं मकान किराए ते आ मेरा। अच्छा, तो की गल है थानू की गल है मजूरी किस तरह हुई है ये जी मेरा सहुरिया ने ना मैनू पारा दिता और मैनू बीमारी कोई नहीं थी मैनू पारा दिता पारे की वजह ने मैं मेरे बड़े को लो गए सहुरिया ने की किया पारा दे दिता पारा जरा घर के बुढ़िया नहीं रख दिया अच्छा ओने बहुत गोलियां रख दिया मां नहीं गोलियां हाँ। नहीं रहती हूँ पारा रख दिया ने अच्छा 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 वो तानू दे दिता वो मैनू देता सारे जवा के क्यों ये मर जावे ओहो ਪਹਿਲਾਂ ਜੀ ਇੱਕ ਸਲੋ ਪੋਇਜ਼ਨ ਹੁੰਦਾ ਵਾ ਅਮੂਮੀ ਤੌਰ ਤੇ ਲੋਕਾਂ ਨੂੰ ਮਾਰਨ ਵਾਸਤੇ ਅਮੂਨ ਪਾਰਾ ਦਿੰਦੇ ਨੇ ਉਹ ਆਸਤਾ ਆਸਤਾ ਪਤਾ ਲੱਗਦਾ ਕਿ ਪਤਾ ਨਹੀਂ ਲੱਗੇ ਉਹ ਹੁਣ ਮੈਨੂੰ ਪੱਠਿਆਂ ਦੇ ਵਿੱਚ ਰੁਕਿਆ ਮੈਂ ਮੇਰੇ ਕੋਲ ਤੁਰਿਆ ਫਿਰ ਨਹੀਂ ਜਾਂਦਾ ਅੱਛਾ ਤੇ ਜੇ ਮਿਹਰਬਾਨੀ ਕਰੋ ਤੇ ਮੇਰਾ ਇਲਾਜ ਥੋੜਾ ਜਿਹਾ ਪ੍ਰੋਪਰ ਕਰਾ ਦਿਓ ਇਲਾਜ ਨਹੀਂ ਕਰਵਾ ਰਹੇ ਤੁਸੀਂ ਮੇਰੇ ਕੋਲ ਪੈਸੇ ਵੀ ਨਹੀਂ ਮੈਂ ਪਹਿਲੇ ਮੇਰਾ ਕਿਹੜਾ ਡਾਕਟਰ ਦਿਖਾਣਾ ਤੁਸੀਂ ਡਾਕਟਰ ਕੋਲ ਦਿਖਾਓ ਜ਼ਫਰ ਇਹਨਾਂ ਨੂੰ ਫੌਰੀ ਤੌਰ ਤੇ ਸਵੇਰ ਨੂੰ ਨਾ ਸਵੇਰ ਨੂੰ ਡਾਕਟਰ ਨੂੰ ਦਿਖਾਓ ਇਹਨਾਂ ਦਾ ਚੈੱਕਅਪ ਕਰਵਾਓ ਔਰ ਜਿਸ ਤਰ੍ਹਾਂ ਡਾਕਟਰ ਕਹਿਣਗੇ ਤੁਹਾਡਾ ਇਲਾਜ ਹੋ ਜਾਂਦਾ ਸ਼ੁਰੂ ਤੋਂ ਮੈਂ ਇੱਥੇ ਹਸਪਤਾਲ ਗਿਆ ਹਾਂ ਸਾਰੇ ਇਲਾਜ ਕਰਵਾਇਆ ਉਹਨਾਂ ਨੇ ਨਹੀਂ ਸੁਣੀ ਨਹੀਂ ਅੱਛਾ ਹੁਣ ਦੱਸਿਆ ਕਿਸੇ ਨੇ ਉਹ ਵਾ ਆਪਣਾ ਗੋਏ ਦੇ ਤੋਂ ਅੱਗੇ ਆ ਪਿੰਡ ਇੱਕ ਉੱਥੇ ਵਾ ਡਾਕਟਰ ਬੈਠਾ ਉਹ ਦੱਸਦੇ ਵੀ ਉਹ ਇਲਾਜ ਕਰਦੀ ਦਵਾ ਪਾਰੇ ਦਾ ਚਲੋ ਚਲੋ ਤੁਹਾਡਾ ਅਸੀਂ ਆਪ ਤੁਸੀਂ ਉੱਥੇ ਆਉਣਾ ਫਾਰਮੇਸੀ ਹਸਪਤਾਲ ਦੇ ਵਿੱਚ ਅਤੇ ਫਿਰ ਇਹ ਜ਼ਫਰ ਤੁਹਾਨੂੰ ਡਾਕਟਰ ਕੋਲ ਲੈ ਕੇ ਜਾਏਗਾ ਅਤੇ ਤੁਹਾਨੂੰ ਆਪ ਚੈੱਕਅਪ ਕਰਵਾਏਗਾ ਠੀਕ ਹੈ ਤੁਸੀਂ ਉੱਥੇ ਹੋਸਪਿਟਲ ਆਉਣਾ ਠੀਕ ਹੈ ਜਿਹੜੇ ਨਾ ਅਤਾਈ ਡਾਕਟਰ ਪਿੰਡਾਂ 'ਚ ਡਾਕਟਰ ਬੈਠੇ ਉੱਥੇ ਨਹੀਂ ਉਹਨਾਂ ਕੋਲ ਆ ਹੀ ਕਰਾਈਦਾ ਉਹ ਵਕਤੀ ਤੌਰ 'ਤੇ ਆਰਾਮ ਆਉਂਦਾ ਵਾ ਮੈਂ ਇੱਥੇ ਸਿਵਲ ਹਸਪਤਾਲ ਵੀ ਗਿਆ ਨਾ ਜਿਹੜੀ ਗੱਲ ਤੁਹਾਨੂੰ ਕਹਿਣ ਦਿਆਂ ਨਾ ਸੁਣੋ ਪਿਆਰ ਨਾਲ ਕਿ ਜੇ ਤੁਹਾਡਾ ਇਲਾਜ ਹੋਏਗਾ ਬਿਹਤਰੀਨ ਤਰੀਕੇ ਨਾਲ ਅੱਛੇ ਤਰੀਕੇ ਨਾਲ ਇਲਾਜ ਹੋਏਗਾ ਕਿਸੇ ਸਪੈਸ਼ਲਿਸਟ ਡਾਕਟਰ ਨੂੰ ਚੈੱਕ ਕਰਾਇਆ ਜਾਏਗਾ ਤੁਹਾਡੇ ਟੈਸਟ ਹੋਣਗੇ ਫਿਰ ਤੁਹਾਡਾ ਇਲਾਜ ਹੋਏਗਾ ਇਹ ਨਹੀਂ ਕਿ ਜਿਹੜੇ ਮਰਜ਼ੀ ਪਿੰਡ ਉੱਠ ਕੇ ਚੱਲ ਜਾਈਏ ਅਸੀਂ ਤੇ ਫਿਰ ਇਹਦਾ ਮਤਲਬ ਪੈਸੇ ਜ਼ਾਇਆ ਕਰਨ ਵਾਲੀ ਗੱਲ ਆ ਬੜਿਆਂ ਨੇ ਮੇਰਾ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਆ ਅੱਛਾ ਇਹ ਦੱਸੋ ਕਿ ਹੁਣ ਤੁਹਾਡੇ ਘਰ ਦਾ ਸਿਸਟਮ ਕਿਵੇਂ ਚੱਲਦਾ ਪਿਆ ਬਸ ਗੁਜ਼ਾਰਾ ਮਜ਼ਾਰਾ ਗੁਜ਼ਾਰਾ ਮਜ਼ਾਰਾ ਓਹੋ ਨਹੀਂ ਲੋਕ ਦਿੰਦੇ ਆ ਅੱਛਾ ਤੇ ਗੁਜ਼ਾਰਾ ਹੁੰਦਾ ਤੁਹਾਨੂੰ ਕੀ ਚਾਹੀਦਾ ਇਹ ਦੱਸੋ ਕੀ ਚਾਹੀਦਾ ਮੇਰਾ ਇਲਾਜ ਹੋ ਜਾਵੇ ਇਲਾਜ ਹੋ ਗਿਆ ਅਸੀਂ ਇਹ ਕੰਮ ਨਹੀਂ ਕਰਨਾ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਡਾ ਇਲਾਜ ਕਰਾਵਾਂਗੇ ਤੁਹਾਡੀ ਜਿਹੜੀ ਆ ਨਾ ਆ ਜਿਹੜੀ ਆ ਮਜਬੂਰੀ ਆ ਖਾਣ ਪੀਣ ਦੀ ਰਾਸ਼ਨ ਜਿਹੜਾ ਤੁਹਾਨੂੰ ਮੰਥਲੀ ਰਾਸ਼ਨ ਵੀ ਦੇਵਾਂਗੇ ਹੈ ਠੀਕ ਹੈ ਤੁਸੀਂ ਪਹਿਲੇ ਆਪਣੇ ਵੱਲ ਤਵੱਜੋ ਦਿਓ ਛੱਡੋ ਦੁਨੀਆ ਨੂੰ ਛੱਡੋ ਆਪੇ ਪਾ ਲੈਣਗੇ ਉਹ ਆਪੇ ਪਾ ਲੈਣਗੇ ਜੋ ਕਰੇਗਾ ਸੋ ਪਾਏਗਾ ਹਾਂ ਤੇ ਲਿਆਓ ਜੀ ਰਾਸ਼ਨ ਲਿਆਓ ਇਹਨਾਂ ਵਾਸਤੇ ਉਹ ਹੁਣ ਸੱਸ ਸੀ ਮੇਰੀ ਇੱਥੇ ਰੱਖੋ ਜਨਾਬ ਨਹੀਂ 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 ਅੱਲਾ ਪਾਕ ਅੱਲਾ ਤਾਲਾ ਉਹਨਾਂ ਦਾ ਭਲਾ ਕਰੇ ਅੱਲਾ ਪਾਕ ਉਹਨਾਂ ਨੂੰ ਹਦਾਇਤ ਦੇਵੇ ਇਹ ਦੇਖੋ ਜੀ ਇਹ ਰਾਸ਼ਨ ਆ ਗਿਆ ਰਾਟਾ ਵੀ ਆ ਗਿਆ ਠੀਕ ਹੈ ਹੈਲੋ ਜੀ ਇਹ 10,000 ਰੁਪਇਆ ਹੈ ਇਹ ਵੀ ਅੱਲਾ ਪਾਕ ਦੀ ਤਰਫੋਂ ਬੜੀ ਮਿਹਰਬਾਨੀ ਅੱਲਾ ਤਾਲਾ ਮੌਲਾ ਪਾਕ ਦੇ ਦਰਬਾਰ ਤੁਹਾਨੂੰ ਜਨਤ ਚ ਰਾਸ਼ਨ ਵੀ ਅੱਲਾ ਪਾਕ ਦੀ ਤਰਫੋਂ ਆ ਪੈਸੇ ਵੀ ਅੱਲਾ ਪਾਕ ਦੀ ਤਰਫੋਂ ਆ ਇਲਾਜ ਵੀ ਤੁਹਾਡਾ ਅੱਲਾ ਪਾਕ ਦੀ ਤਰਫੋਂ ਹੋਣਾ ਵਾ ਠੀਕ ਹੈ ਹਾਂ ਸਵੇਰ ਤੁਸੀਂ ਉੱਥੇ ਆ ਜਾਣਾ ਹਸਪੀਟਲ ਉੱਥੇ ਤੁਹਾਨੂੰ ਇਹ ਬੰਦਾ ਮਿਲ ਜਾਏਗਾ ਜ਼ਫਰ ਮਿਲ ਜਾਏਗਾ ਜ਼ਫਰ ਤੁਹਾਨੂੰ ਡਾਕਟਰ ਕੋਲ ਲੈ ਜਾਏਗਾ ਤੇ ਡਾਕਟਰ ਸਾਰਾ ਜੋ ਵੀ ਕਹਿਣਗੇ ਨਾ ਫਿਰ ਉਸ ਹਿਸਾਬ ਨਾਲ ਅਸੀਂ ਚੱਲਾਂਗੇ ਠੀਕ ਹੈ ਫਿਰ ਤੁਸੀਂ ਠੀਕ ਹੋ ਜਾਓਗੇ ਠੀਕ ਹੈ ਹਾਂ ਚਲੋ ਜੀ ਜਾਓ ਬੜੀ ਮਿਹਰਬਾਨੀ